ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ। ਹਾਂਜੀ ਦੋਸਤੋ, ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਰਾਠੀ ਕਲਾ ਕੇਂਦਰ ਵਿੱਚ ਲੈ ਕੇ ਜਾ ਰਹੇ ਹਾਂ ਅਤੇ ਵੀਰ ਨਾਲ ਗੱਲਬਾਤ ਕਰਵਾਵਾਂਗੇ ਕਿ ਜੋ ਪੰਛੀ ਸਾਡੇ ਅਲੋਪ ਹੁੰਦੇ ਜਾ ਰਹੇ ਨੇ ਉਹਨਾਂ ਦੇ ਲਈ ਵੀਰ ਨੇ ਕੀ ਉਪਰਾਲੇ ਕੀਤੇ ਨੇ ਅਤੇ ਵੀਰ ਨੂੰ ਕਿੱਥੇ ਕਿੱਥੇ ਕਿਸ ਤਰ੍ਹਾਂ ਦੇ ਸਨਮਾਨ ਮਿਲੇ ਨੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ। ਆਓ ਦੋਸਤੋ, ਸ਼ੁਰੂ ਕਰਦੇ ਹਾਂ ਕਲਾ ਅਸੀਂ ਵੀਰ ਹੋਰਾਂ ਦੀ ਜੋ ਦੇਖ ਰਹੇ ਹਾਂ ਵੀਡੀਓ ਦੇ ਵਿੱਚ। ਅਸੀਂ ਹੁਣ ਵੀਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜੋ ਸਾਡੇ ਪੁਰਾਤਨ ਪੰਛੀ ਸੀ ਜੋ ਖੇਤਾਂ ਦੇ ਵਿੱਚ ਉੱਡਿਆ ਕਰਦੇ ਸੀਗੇ ਅਤੇ ਸਾਡੇ ਬਜ਼ੁਰਗ ਉਹਨਾਂ ਨੂੰ ਉਡਾਉਣ ਦੇ ਲਈ ਕਾਫੀ ਸਾਰੇ ਸਾਧਨਾਂ ਦਾ ਇਸਤੇਮਾਲ ਕਰਿਆ ਕਰਦੇ ਸੀ। ਮੋਰ ਕੂਕਿਆ ਕਰਦੇ ਸੀਗੇ, ਉੱਲੂ ਬੋਲਿਆ ਕਰਦੇ ਸੀ, ਕਾਂ ਬਨੇਰਿਆਂ ਦੇ ਉੱਪਰ ਜੋ ਬੋਲਿਆ ਕਰਦੇ ਸੀ ਆ ਕੇ, ਜਿਹਦੇ ਉੱਪਰ ਸਾਡੇ ਪੰਜਾਬ ਦੇ ਵਿੱਚ ਕਾਫੀ ਸਾਰੇ ਪੁਰਾਣੇ ਕਲਾਕਾਰਾਂ ਨੇ ਗੀਤ ਵੀ ਗਾਏ ਨੇ। ਵੀਰ ਜੀ, ਤੁਸੀਂ ਸਾਨੂੰ ਦੱਸੋ ਵੀ ਤੁਸੀਂ ਉਹਨਾਂ ਪੰਛੀਆਂ ਨੂੰ ਕੀ ਦੇਣ ਦਿੱਤੀ ਹੈ, ਕੋਈ ਤੁਸੀਂ ਕਲਾ ਪੰਛੀਆਂ ਦੇ ਲਈ ਵੀ ਇੱਕ ਕੱਢੀ ਹੈ? ਹਾਂਜੀ ਵੀਰ ਜੀ, ਜਦੋਂ ਮੈਂ 2015 ਦੇ ਵਿੱਚ ਤੁਹਾਨੂੰ ਦੱਸਿਆ ਸੀ ਮੈਂ ਚੰਡੀਗੜ੍ਹ ਗਿਆ, ਤਾਂ ਮੈਂ ਚੰਡੀਗੜ੍ਹ ਜਦੋਂ ਜਾ ਕੇ ਵੇਖਿਆ ਤਾਂ ਪੰਛੀਆਂ ਨੂੰ ਲੋਕੀ ਬੜਾ ਪਿਆਰ ਕਰਦੇ ਸਾਰੇ ਚੰਡੀਗੜ੍ਹ 'ਚ ਰਹਿਣ ਵਾਲੇ, ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਰਾਠੀ ਵੀਰ ਜੀ ਤੁਹਾਡੀ ਜਿਹੜੀ ਕਲਾ ਹੈ ਬੜੀ ਸੋਹਣੀ ਹੈ ਅਤੇ ਤੁਸੀਂ ਪੰਛੀ ਵੀ ਤਿਆਰ ਕਰੋ। ਫਿਰ ਮੈਂ ਉਸ ਤੋਂ ਬਾਅਦ ਇਹ ਪੰਛੀ ਬਣਾਏ ਸੀਗੇ ਸਾਰੇ ਜਿਹੜੇ ਤੁਸੀਂ ਵੇਖ ਸਕਦੇ ਹੋ। ਪੰਛੀ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਸ਼ਰਮਾਇਆ ਨੇ, ਸਾਨੂੰ ਪੰਛੀਆਂ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ। ਮੈਂ ਸਾਰੇ ਚੱਪਲ ਦੇ ਬਣਾਏ ਪੰਛੀ ਦੇ ਜਿਹੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜੋ ਤੁਸੀਂ ਆਲਣੇ ਲਾਓ। ਜੇ ਅਸੀਂ ਪੋਠੀ ਦੇ ਉੱਤੇ 25-30 ਲੱਖ ਲਾ ਸਕਦੇ ਹਾਂ ਤਾਂ ਅਸੀਂ 150-200 ਰੁਪਏ ਦਾ ਆਲਣਾ ਵੀ ਹਨਾ ਲਾ ਸਕਦੇ ਹਾਂ। ਉਸ ਤੋਂ ਬਾਅਦ ਕੁਝ ਕੁ ਬੱਚੇ ਚਿੜੀਆਂ ਪਿੰਜਰੇ 'ਚ ਤਾੜ ਲੈਂਦੇ ਨੇ, ਇਹ ਵੀ ਸਭ ਤੋਂ ਮਾੜਾ ਸ਼ੌਂਕ ਹੈ। ਵੇਖ ਸਕਦੇ ਪਿੰਜਰਾ, ਇਧਰੇ ਦਾ ਬਾਰ ਵੀ ਰੱਖਿਆ ਵਾ ਪਿੰਜਰੇ ਦਾ, ਜੋ ਕਿ ਸਭ ਤੋਂ ਮਾੜਾ ਸ਼ੌਂਕ ਆਪਣੇ ਬੱਚਿਆਂ ਨੂੰ ਇਹੋ ਜਿਹਾ ਸ਼ੌਂਕ ਕਦੇ ਨਾ ਅਪਣਾਉਣ ਦਿਓ ਜਿਹੜਾ ਕਿ ਪੰਛੀਆਂ ਨੂੰ ਬੰਦਿਸ਼ ਬਣਾ ਕੇ ਰੱਖਣਾ ਸਭ ਤੋਂ ਮਾੜਾ ਸ਼ੌਂਕ ਹੈ। ਉਸ ਤੋਂ ਸਾਡੇ ਕੋਲ ਕਾਂ ਸੀ ਜਿਹੜਾ ਵਾਤਾਵਰਨ ਨੂੰ ਬੜਾ ਸ਼ੁੱਧ ਰੱਖਦਾ ਸੀਗਾ, ਮਾਸ ਮਿੱਟੀ ਖਾਂਦਾ ਸੀਗਾ ਹਨਾ, ਸਾਡੇ ਜਿਹੜੇ ਹਵਾਵਾਂ ਸੀ ਸ਼ੁੱਧ ਆਇਆ ਕਰਦੇ ਸਾਡੇ ਕੋਲ, ਉੱਲੂ ਸਾਡੇ ਕੋਲ ਜਿਹੜੇ ਪੰਛੀ ਖਤਮ ਹੋ ਗਏ। ਉਸ ਤੋਂ ਬਾਅਦ ਇਹ ਚੱਕੀ ਰਾਉਣਾ ਮੈਂ ਹੁਣੇ ਹੁਣੇ ਤਿਆਰ ਕੀਤਾ, ਕੁਝ ਕੁ ਮਹੀਨੇ ਪਹਿਲਾਂ ਇਹ ਚੱਕੀ ਰਾਉਣਾ ਬੜਾ ਸੋਹਣਾ ਬਣਿਆ ਵੀ ਸਾਡੇ ਕੋਲ ਖਤਮ ਹੋ ਗਏ। ਫਿਰ ਖਾਸ ਕਰਕੇ ਸਾਡੇ ਕੋਲ ਦੇਸੀ ਚਿੜੀ, ਬਹੁਤ ਹੀ ਪਿਆਰੀ ਚਿੜੀ ਸਾਡੇ ਘਰਾਂ 'ਚ ਹੁੰਦੀ ਸੀ, ਕੱਚੇ ਮਕਾਨਾਂ ਹੁੰਦਾ, ਅੱਜ ਸਾਡੇ ਕੋਲ ਦੇਖਣ ਵਾਸਤੇ ਬੱਚੇ ਇਸ ਚਿੜੀ ਦਾ ਨਾਂ ਬਿਲਕੁਲ ਭੁੱਲ ਚੁੱਕੇ, ਕਾਫੀ ਵੀਰਾਂ ਦੇ ਘਰਾਂ ਵਿੱਚ ਹੋਵੇ ਕਿਸੇ ਦੇ ਸ਼ਾਇਦ ਇਹ ਚਿੜੀ ਵੀ ਅਲੋਪ ਹੋ ਗਈ। ਇਹ ਸਾਡੇ ਕੋਲ ਮੋਰ ਜਿਹੜੇ ਸਾਡੇ ਘਰਾਂ ਦੇ ਉੱਤੇ ਬਨੇਰਿਆਂ ਦੇ ਉੱਤੇ ਬੋਲਦੇ ਸਾਡੇ ਡੇਰੇ ਗੁਰੂ ਘਰਾਂ ਦੇ ਵਿੱਚ ਰਿਹਾ ਕਰਦੇ ਸੀ, ਮੋਰ ਵੀ ਸਾਡੇ ਕੋਲ ਬਿਲਕੁਲ ਖਤਮ ਹੋ ਗਏ। ਇਹ ਸਾਡੇ ਕੋਲ ਘੁੱਗੀਆਂ ਵੀ ਨਹੀਂ ਰਹੀਆਂ। ਉਸ ਤੋਂ ਬਾਅਦ ਸਾਡੇ ਕੋਲ ਮੁਰਗੇ ਸੀ ਜਿਹੜੇ ਵਾਂਗ ਦਿੰਦੇ ਹੁੰਦੇ ਸੀ, ਉਹਨਾਂ ਠੰਠਾਉਂਦੇ ਹੁੰਦੇ ਸੀਗੇ, ਉਹਦਾ ਡਟੀਰੀ ਜਿਹੜੀ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਆਮ ਹੁੰਦੀ ਸੀਗੀ। ਇਹ ਸਾਡੀ ਇੱਕ ਬਹੁਤ ਹੀ ਸੱਚਾ ਸਾਥੀ ਕਿਸਾਨ ਵੀਰਾਂ ਦਾ। ਇਹ ਕਟਾਰ ਜਿਹੜੀ ਸੀ, ਕਟਾਰ ਵੀ ਬਿਲਕੁਲ ਖਤਮ ਹੋ ਗਈ। ਉਸ ਤੋਂ ਬਾਅਦ ਕਾਲ ਚਿੜੀਆਂ ਤੁਸੀਂ ਵੇਖ ਰਹੇ ਹੋ, ਕਾਂ ਚੋਗਾ ਚੁਗਦਾ। ਉਸ ਤੋਂ ਬਾਅਦ ਇਹ ਚਿੜੀ ਜਿਹੜੀ ਆਪਾਂ ਮੈਨੂੰ ਪੰਦੇ ਨੂੰ ਰੰਗ ਕਿਉਂ ਕੀਤਾ, 15 ਅਗਸਤ ਨੂੰ ਤਿਆਰ ਕੀਤੀ ਸੀ 2015 ਦੇ ਵਿੱਚ ਸ਼ਾਇਦ, ਅਤੇ ਉਦੋਂ ਇਹ ਚਿੜੀ ਮੈਂ ਬਣਾਈ, ਮਤਲਬ ਪਹਿਲੀ ਦੂਜੀ ਸੀਗੀ। ਉਸ ਤੋਂ ਬਾਅਦ 15 ਉਹਦੇ 3 ਸੀਗਾ। ਉਸ ਤੋਂ ਬਾਅਦ ਤੋਤਾ ਤੁਸੀਂ ਵੇਖ ਰਹੇ ਹੋ, ਉਸ ਤੋਂ ਬਾਅਦ ਇੱਲ ਵੇਖ ਰਹੇ ਹੋ ਜਿਹੜੀ ਤੁਸੀਂ, ਇੱਲ ਵੀ ਤੁਹਾਡੇ ਵੀ ਨੇ ਬੜੀ ਸੋਹਣੀ ਬਣਾਈ। ਉਸ ਤੋਂ ਬਾਅਦ ਇੱਕ ਕਬੂਤਰ ਜੋ ਸਾਡੇ ਚਿੱਠੀਆਂ ਸੁਨੇਹ ਲੈ ਕੇ ਜਾਇਆ ਕਰਦਾ ਸੀ ਇੱਕ ਦਿਨ ਰਾਜੇ ਮਹਾਰਾਜਿਆਂ ਦੇ, ਇਹ ਸਾਰੇ ਪੰਛੀ ਜਿਹੜੇ ਬਣਾਏ ਤੁਹਾਡੇ ਵੀਰ ਨੇ। ਇਸ ਕਰਕੇ ਬਣਾਏ ਵੀ ਸਾਰੇ ਪੰਛੀਆਂ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਜਾਵੇ, ਇਹਨਾਂ ਨੂੰ ਸੰਭਾਲਿਆ ਜਾਵੇ ਪੰਛੀਆਂ ਨੂੰ ਜਿੰਨਾ ਵੀ ਹੋ ਸਕਦਾ। ਵੀਰ ਜੀ, ਕਾਫੀ ਸਾਰੇ ਜਾਨਵਰ ਅਸੀਂ ਦੇਖ ਰਹੇ ਹਾਂ, ਬਹੁਤ ਹੀ ਖੂਬਸੂਰਤ ਤੁਸੀਂ ਬਣਾਏ ਹੋਏ ਨੇ। ਇੱਕ ਚੱਕੀ ਰਾਉਣੇ ਬਾਰੇ ਸਾਨੂੰ ਜ਼ਰੂਰ ਦੱਸੋ, ਇਹ ਜਾਨਵਰ ਬਾਰੇ ਤਾਂ ਜਿਹੜੀ ਨਵੀਂ ਉਮਰ ਦੇ ਬੱਚੇ ਨੇ ਉਹ ਬਹੁਤ ਘੱਟ ਜਾਣਦੇ ਨੇ। ਇਹ ਕਿੱਥੇ ਜਾਨਵਰ ਪਾਇਆ ਜਾਂਦਾ ਸੀ ਅਤੇ ਕੀ ਕਿਸ ਤਰ੍ਹਾਂ ਇਹ ਪਛਾਣਿਆ ਜਾਂਦਾ ਸੀਗਾ ਜੀ? ਇਹ ਚੱਕੀ ਰਾਉਣਾ ਸੀਗਾ ਜਿਹੜਾ, ਇਹ ਮਤਲਬ ਆਮ ਖੇਤਾਂ ਦੇ ਵਿੱਚ ਰਿਹਾ ਕਰਦਾ ਸੀਗਾ, ਮਤਲਬ ਦਰਖਤਾਂ ਦੇ ਉੱਪਰ। ਇਹਦੀ ਮਤਲਬ ਇਹ ਚੁੰਝ ਹੈ ਜਿਹੜੀ ਬੜੀ ਕਾਫੀ ਲੰਬੀ ਹੈ, ਇਹ ਵੀ ਧਰਤੀ ਦੇ ਵਿੱਚੋਂ 1.5 ਇੰਚ ਤੋਂ ਇੰਚ 1.5 ਇੰਚ ਤੋਂ ਥੱਲਿਓ ਵੀ ਨੀਚਿਓ ਵੀ ਇਹਨੂੰ ਮਤਲਬ ਐਂ ਪਤਾ ਹੁੰਦਾ ਸੀ ਇੱਥੇ ਕੋਈ ਜਾਨਵਰ ਹੈ ਜਾਂ ਮੇਰੀ ਖੁਰਾਕ ਹੈ, ਇਸ ਤਰ੍ਹਾਂ ਲੰਬੀ ਚੁੰਝ ਨਾਮ ਦੀ ਨਾਲ ਕੱਢ ਲੈਂਦਾ ਸੀਗਾ। ਅਤੇ ਉਸ ਤੋਂ ਬਾਅਦ ਸੁੰਡੀਆਂ, ਇਹ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਕਿਸਾਨ ਵੀਰਾਂ ਦਾ ਇੱਕ ਬਹੁਤ ਹੀ ਸੋਹਣਾ ਪੰਛੀ ਸਾਥੀ ਹੈ, ਜੋ ਕਿ ਮੈਂ ਇੰਨਾ ਖਾਸ ਕਰਕੇ ਮੈਨੂੰ ਜ਼ਿਆਦਾ ਕਿਸੇ ਪੰਛੀ ਦਾ ਗਿਆਨ ਨਹੀਂ ਹੈ। ਮੈਂ ਤੁਹਾਨੂੰ ਮੈਂ ਕਹਿ ਦਿਆਂ ਵੀ ਹੈ ਮੈਨੂੰ ਪੰਛੀ ਦੇ ਡਿਟੇਲ ਬਾਰੇ ਪਤਾ ਕਿਸੇ ਪੰਛੀ ਬਾਰੇ, ਪਰ ਜਿੰਨਾ ਕੁ ਮੈਨੂੰ ਪਤਾ ਮੈਂ ਉਨਾ ਕੁ ਤੁਹਾਨੂੰ ਸੱਚ ਦੱਸਿਆ ਵੀ ਵੱਧ ਤੋਂ ਵੱਧ ਇਹਨਾਂ ਪੰਛੀਆਂ ਨੂੰ ਬਚਾਇਆ ਜ਼ਰੂਰ ਹੈ। ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਪੰਛੀਆਂ ਨੂੰ ਚੋਗਾ ਪਾਉਂਦਾ ਵੀ ਆਪਾਂ ਬਣਾਇਆ, ਜੋ ਕਿ ਜਗ੍ਹਾ ਥੋੜੀ ਹੈ ਮੇਰੇ ਕੋਲ, ਮੈਂ ਇਸੇ ਕਰਕੇ ਕਹਿੰਦਾ ਵੀ ਜਗ੍ਹਾ ਬਹੁਤ ਘੱਟ ਆ ਅਤੇ ਕਲਾ ਕਿਰਤੀਆਂ ਹਰ ਰੋਜ਼ ਬਣ ਰਹੀਆਂ ਨੇ। ਪਹਿਲਾਂ ਮੈਂ ਜਿਹੜਾ ਤੁਹਾਨੂੰ ਦਿਖਾਇਆ ਵੀ ਇਹ ਸ਼ੋਅ ਪੀਸ ਜਿਹੜਾ ਮੇਰੇ ਕੋਲ 5 ਫੁੱਟ ਦਾ ਮੈਂ ਤਿਆਰ ਕਰਵਾਇਆ, ਫਿਰ 14 ਫੁੱਟ ਦਾ ਤਿਆਰ ਕਰਵਾਇਆ, ਅੱਜ ਤੁਸੀਂ ਇਹ 12x12 ਦਾ ਕਮਰਾ ਵੀ ਤੁਸੀਂ ਵੇਖ ਰਹੇ ਹੋ, ਪੂਰਾ ਨਹੀਂ ਆ ਰਿਹਾ ਕਿਉਂਕਿ ਬਹੁਤੇ ਵੀਰ ਕਹਿੰਦੇ ਉੱਚੀਆਂ ਸਲੈਬਾਂ ਬਣਾਉਂਦੇ, ਫਿਰ ਉਹ 'ਚ ਦਰਸ਼ਕਾਂ ਨੂੰ ਵੇਖਣ ਦਾ ਆਨੰਦ ਨਹੀਂ ਆਉਣਾ, ਇਸ ਕਰਕੇ ਉੱਚੀਆਂ ਸਲੈਬਾਂ ਨਹੀਂ ਬਣਾ ਰਹੇ, ਵੱਡਾ ਕਰਾਂਗੇ ਹੌਲੀ ਹੌਲੀ। ਵੀਰ ਜੀ, ਜੋ ਅਸੀਂ ਕਾਫੀ ਸਾਰੀਆਂ ਫੋਟੋਆਂ ਤੁਹਾਡੀਆਂ ਦੇਖ ਰਹੇ ਹਾਂ, ਕਾਫੀ ਜਗ੍ਹਾ ਤੇ ਤੁਸੀਂ ਆਪਣੀਆਂ ਪ੍ਰਦਰਸ਼ਨੀਆਂ ਲਾਈਆਂ ਨੇ, ਸਾਨੂੰ ਉਹਨਾਂ ਦੇ ਬਾਰੇ ਤੁਸੀਂ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਦਿਓ। ਵੀਰ ਜੀ, ਜਿਵੇਂ ਤੁਸੀਂ ਵੇਖ ਰਹੇ ਹੋ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਖੜੇ ਆ, ਇਹ ਮਤਲਬ ਇੱਕ ਫਲਾਵਰ ਸ਼ੋਅ ਮਾਨਸਾ ਮੇਲਾ ਲੱਗਦਾ, ਉੱਥੇ ਮੇਰੀ ਕਲਾ ਨੂੰ ਵੇਖ ਰਹੇ ਨੇ।
ਉਸ ਤੋਂ ਬਾਅਦ ਜਾ ਕੇ ਮੈਨੂੰ ਪਤਾ ਲੱਗਿਆ ਮੇਰੀ ਕਲਾ ਨੂੰ ਦਰਸ਼ਕ ਪਿਆਰ ਕਰਨਗੇ। ਮਿਊਜ਼ੀਅਮ ਵੀ ਇਹਨਾਂ ਦੀ ਦੇਣ ਹੈ ਜਿਹੜਾ ਆਪਾਂ ਬਣਾ ਰਹੇ ਹਾਂ। ਇਹਨਾਂ ਨੇ ਮੈਨੂੰ 2015 'ਚ ਕਿਹਾ ਸੀ ਮਿਊਜ਼ੀਅਮ ਬਣਾਉਣ ਨੂੰ, ਪਰ ਮੈਂ ਅਨਪੜ੍ਹ ਹੋਣ ਦੇ ਨਾਤੇ ਮੈਂ ਸਮਝ ਨਾ ਸਕਿਆ ਇਹਨਾਂ ਦੀ ਗੱਲ ਨੂੰ। ਮੈਂ ਆ ਕੇ 2017 ਦੇ ਵਿੱਚ ਇਹ ਮਿਊਜ਼ੀਅਮ ਬਣਾਇਆ, 2-2.5 ਸਾਲ ਲੇਟ ਬਣਾਇਆ, ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਤੇਰੀ ਕਲਾ ਨੂੰ ਦਰਸ਼ਕ ਬਹੁਤ ਵੇਖਣਗੇ, ਹੌਲੀ ਹੌਲੀ ਤੇਰੇ ਆਪਣੇ ਆਪ ਤੇਰੀ ਕਲਾ ਕੇਂਦਰ ਦੇ ਵਿੱਚ ਚੱਲ ਕੇ ਆਉਣਗੇ। ਅੱਜ ਉਹ ਗੱਲਾਂ ਸਾਰੀਆਂ ਸੱਚ ਹੋ ਰਹੀਆਂ। ਇਹ DGP ਸਾਹਿਬ ਨੇ ਚੰਡੀਗੜ੍ਹ ਸਰਸੇ ਦੇ ਇਹਨਾਂ ਦੀ ਮੈਂ ਕੋਠੀ ਦੇ ਵਿੱਚ ਗਿਆ, ਉਸ ਤੋਂ ਬਾਅਦ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਸਾਡੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਜੀ, ਸਾਡੇ ਡਾਇਰੈਕਟਰ ਸਪੇਟ ਕੀਤਾ ਸੀ ਉਹਨਾਂ ਨੂੰ। ਉਸ ਤੋਂ ਬਾਅਦ ਸਾਡੀ ਸਭ ਤੋਂ ਮੇਰੀ ਸ਼ਰਮਾਏਦਾਰ, ਜੋ ਕਿ ਜਿਹਦੀ ਬਦੌਲਤ ਅੱਜ ਮੈਂ ਇਹ ਕਲਾਕ੍ਰਿਤੀਆਂ ਬਣਾ ਰਿਹਾ, ਮੇਰੀ ਦਾਦੀ ਮਾਂ ਨਿਹਾਲ ਕੌਰ, ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਸੀਗੀ। ਉਸ ਤੋਂ ਬਾਅਦ ਤੁਸੀਂ ਮਾਨ ਸਾਹਿਬ ਦੇਖ ਰਹੇ ਹੋ, ਮਾਨ ਸਾਹਿਬ ਦਾ ਬਹੁਤ ਜ਼ਿਆਦਾ ਫੈਨ ਆ ਮੈਂ। ਉਸ ਤੋਂ ਬਾਅਦ ਇਹ ਅਜਮੇਰ ਸਿੰਘ ਔਲਖਤਾ 4 ਰੋਜ਼ਾ ਨਾਟਕ ਮੇਲਾ ਹੁੰਦਾ ਜਿੱਥੇ ਮੈਨੂੰ ਸਨਮਾਨਿਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇਹ ਸਾਡੇ MLA ਮਾਨਸਾ ਦੇ ਸਾਡੇ ਪਿੰਡ ਆਏ ਸੀ, ਉੱਥੇ ਪਿੰਡ ਵੱਲੋਂ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਤੁਸੀਂ ਮਾਨਸਾ ਦੇ DC ਸਾਹਿਬ ਤੇ SSP ਸਾਹਿਬ ਤੁਸੀਂ ਵੇਖ ਰਹੇ ਹੋ, ਜਿਨ੍ਹਾਂ ਨੇ ਮੈਥੋਂ ਚੌਂਕ ਦੀ ਵੀ ਮੰਗ ਕੀਤੀ ਸੀ, ਟ੍ਰੈਫਿਕ ਚੌਂਕ ਦਿਓ, ਮੈਂ ਦੇ ਨਹੀਂ ਸਕਦਾ। ਪਰ ਉਸ ਤੋਂ ਬਾਅਦ ਇਹ ਸਾਨੂੰ ਹਰਬੰਸ ਸਿੰਘ ਜੀ ਸਮਾਲਸਰ ਤੋਂ ਸਾਡੇ ਵਿੱਚ ਅੱਜ ਨਹੀਂ ਰਹੇ, ਇਹਨਾਂ ਦੀ ਲੱਕੜ ਦੀ ਜਿਹੜੀ ਕਲਾ ਹੈ ਬਹੁਤ ਹੀ ਕਲਾ ਦੇ ਧਨੀ ਸਨ ਇਹ ਲੱਕੜ ਦੀ। ਉਸ ਤੋਂ ਬਾਅਦ ਤੁਸੀਂ ਸਾਨੂੰ ਦਲਿਤ ਕਲਾ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ, ਜਿੱਥੇ ਕਿ ਸਾਨੂੰ ਹਰਿੰਦਰ ਸਿੰਘ ਜੀ ਖਾਲਸਾ, ਜਿਹੜੇ ਤੁਸੀਂ ਜਾਣਦੇ ਹੋ ਵਿਰਾਸਤੀ ਮੇਲਾ ਲਗਾਉਂਦੇ ਨੇ, ਉਹ ਵੀ ਮਿਲੇ। ਉਸ ਤੋਂ ਬਾਅਦ DSP ਤੇਜਿੰਦਰ ਸਪਾਲ ਸਿੰਘ ਜੀ ਸਾਨੂੰ ਮਿਲੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਉਸ ਤੋਂ ਸਾਡੇ ਮਾਨਸਾ ਦੇ MLA ਸਾਹਿਬ ਪ੍ਰੇਮ ਮਿੱਤਲ ਜੀ, ਜੋ ਕਿ ਉਸ ਤੋਂ ਬਾਅਦ ਸਾਡੇ ਪਿੰਡ ਵੱਲੋਂ ਵੀ ਸਾਡੇ ਸਰਬੰਸ ਸਿੰਘ ਜੀ, ਮੈਂ ਆਪਣੇ ਪਿੰਡ ਬੁਲਾਇਆ ਸੀ, ਉੱਥੇ ਸਾਨੂੰ ਸਨਮਾਨਿਤ ਕੀਤਾ ਗਿਆ ਜੀ। ਤੁਸੀਂ ਲੱਕੜ ਦੀਆਂ ਕਲਾ ਕੀਤੀਆਂ ਵੀ ਇਸ ਕਲਾਕਾਰ ਦੀ ਬਹੁਤ ਵੱਡੀ ਕਲਾ ਸੀਗੀ, ਤੇ ਹੌਲੀ ਹੌਲੀ ਮਾਨ ਸਾਹਿਬ ਨੂੰ ਮਿਲੇ ਮਾਲਕ ਦੀ ਕਿਰਪਾ ਨਾਲ, ਜੋ ਕਿ ਬਹੁਤ ਹੀ ਜ਼ਿਆਦਾ, ਮਾਨ ਸਾਹਿਬ ਨੇ ਸਾਡੀ ਕਲਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਜਿਨ੍ਹਾਂ ਨੇ ਵੀਰ ਵਾਸਤੇ ਹੌਸਲਾ ਵੀ ਦਿੱਤਾ। ਇਸ ਕਰਕੇ ਸਾਰੇ ਮੈਂ ਦਰਸ਼ਕਾਂ ਨੂੰ ਚਾਹੁੰਦਾ ਵੀ ਇਹ ਕਲਾ ਨੂੰ ਵੇਖ ਕੇ ਜ਼ਰੂਰ ਜਾਣ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ ਸਾਰੇ ਦਰਸ਼ਕ ਵੀਰਾਂ ਨੂੰ ਕਹਿ ਰਹੇ ਹਾਂ, ਅਸੀਂ ਬਹੁਤ ਹੀ ਥੋੜਾ ਜਿਹਾ ਕਲਾਕ੍ਰਿਤੀਆਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਵੀਰ ਜੀ ਕੋਲੇ ਆਓ ਤੇ ਇੱਥੇ ਆ ਕੇ ਆਪਣੀਆਂ ਕਾਫੀ ਸਾਰੀਆਂ ਕਲਾਕ੍ਰਿਤੀਆਂ ਦੇਖੋ, ਪੁਰਾਣਾ ਸੱਭਿਆਚਾਰ ਦੇ ਨਾਲ ਰਿਲੇਟਡ ਅਤੇ ਅੱਜ ਦੇ ਸਮੇਂ ਦੇ ਵਿੱਚ ਚੱਲਣ ਵਾਲੇ ਟਰੈਕਟਰ ਅਤੇ ਪੁਰਾਣੇ ਟਰੈਕਟਰ ਜੋ ਵੀ ਬਣਤਰ ਦੇ ਵਿੱਚ ਸਨ, ਜੋ ਅੱਜ ਕੱਲ ਅਲੋਪ ਹੋ ਰਹੇ ਹਨ, ਉਸ ਦੇ ਬਾਰੇ ਵੀ ਵੀਰ ਹੋਰਾਂ ਨੇ ਬਹੁਤ ਸਾਰੀ ਕਲਾ ਨੂੰ ਜੋ ਜਨਮ ਦਿੱਤਾ ਹੈ, ਕਾਫੀ ਸਾਰੇ ਆਪਣੇ ਪੁਰਾਣੇ ਕਲਾਕਾਰਾਂ ਦੇ ਨੂੰ ਕਲਾ ਦਿੱਤੀ ਹੋਈ ਹੈ, ਤੇ ਹੋਰ ਵੀ ਕਾਫੀ ਸਾਰੇ ਸੰਦੇਸ਼ ਜੋ ਕਲਾਕ੍ਰਿਤੀਆਂ ਵੀਰ ਦੀਆਂ ਦੇ ਰਹੀਆਂ ਨੇ, ਤੁਸੀਂ ਆ ਕੇ ਇੱਥੇ ਪਹੁੰਚੋ ਅਤੇ ਕਾਫੀ ਸਾਰੀ ਕਲਾ ਦੇਖੋ। ਅਸੀਂ ਇਹੀ ਤੁਹਾਡੇ ਅੱਗੇ ਜੋ ਬੇਨਤੀ ਕਰਦੇ ਹਾਂ ਵੀਰ ਜੀ, ਇੱਕ ਵਾਰ ਤੁਸੀਂ ਆਪਣੇ ਇਸ ਕਲਾ ਕੇਂਦਰ ਦਾ ਪੂਰਾ ਐਡਰੈਸ ਸਾਨੂੰ ਜ਼ਰੂਰ ਦੱਸੋ। ਕੋਈ ਬੰਦਾ ਵੀਡੀਓ ਦੇਖ ਕੇ ਤੁਹਾਡੇ ਕੋਲ ਆਉਣਾ ਚਾਹੁੰਦਾ ਹੈ, ਕੋਈ ਕਲਾ ਉਸਨੂੰ ਪਸੰਦ ਆਈ ਹੈ, ਉਹ ਖਰੀਦਣਾ ਚਾਹੁੰਦਾ ਹੈ, ਵੇਖਣਾ ਚਾਹੁੰਦਾ ਹੈ, ਤਾਂ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਸਕਦਾ? ਹਾਂਜੀ ਮੇਰੇ ਪਿਆਰੇ ਵੀਰੋ, ਜਿਹੜਾ ਇਹ ਮੇਰਾ ਕਲਾ ਕੇਂਦਰ ਹੈ ਪੰਜਾਬ ਦੇ ਵਿੱਚ ਬਣਿਆ ਹੋਇਆ, ਬਠਿੰਡਾ ਮਾਨਸਾ ਰੋਡ ਦੇ ਉੱਪਰ ਹੈ, ਜਿਹੜਾ ਹਾਈਵੇ ਰੋਡ ਚੱਲਦਾ ਉਸ ਰੋਡ ਦੇ ਉੱਪਰ ਹੈ, ਬਿਲਕੁਲ ਖਾਲਸਾ ਨਰਸਰੀ ਦੇ ਨਜ਼ਦੀਕ ਹੈ। ਫੌਜੀ ਪੈਪ ਬੈਂਡ ਜਿਹੜਾ ਵੱਜਦਾ ਬਹੁਤ ਹੀ ਪੁਰਾਣਾ, ਸਾਡੇ ਫੌਜੀ ਸਾਹਿਬ ਨੇ ਬਹੁਤ ਜ਼ਿਆਦਾ ਬੈਂਡ ਵਜਾਏ ਹੋਏ ਨੇ, ਉਹਨਾਂ ਦੇ ਘਰ ਦੇ ਬਿਲਕੁਲ ਲਾਗੇ ਆ। ਉਸ ਤੋਂ ਬਾਅਦ ਜਦੋਂ ਵੀ ਤੁਸੀਂ ਬਠਿੰਡਾ ਮਾਨਸਾ ਰੋਡ ਲੰਘੋ, ਰਾਠੀ ਕਲਾ ਕੇਂਦਰ ਦਾ ਬੋਰਡ ਲੱਗਿਆ ਹੋਇਆ। ਜੇਕਰ ਕੋਈ ਵੀਰ ਸਾਥੋਂ ਟਰੈਕਟ ਕੋਈ ਹੋਰ ਸਪੈਸ਼ਲ ਕਲਾਕ੍ਰਿਤੀ ਬਣਵਾਉਣੀ ਚਾਹੁੰਦਾ ਹੋਵੇ, ਉਹਦੇ ਬਾਰੇ ਤਾਂ ਮੈਂ ਮਾਫੀ ਚਾਹੁੰਦਾ। ਉਸ ਤੋਂ ਬਾਅਦ ਸਾਡੇ ਕੋਲ ਦੋ ਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ, ਫੀਟਰ ਇੰਜਨ ਤੇ ਇੱਕ ਸਾਡਾ 3600 ਟਰੈਕਟਰ। ਤੁਸੀਂ ਸਾਨੂੰ ਆਰਡਰ ਤੇ ਪਹਿਲਾਂ ਹੀ ਦੱਸ ਸਕਦੇ ਹੋ, ਸਾਡਾ ਨੰਬਰ ਨੋਟ ਕਰੋ 97803-4724, 97803-4724, 98703-5828 ਦੇ ਉੱਤੇ ਸਾਨੂੰ ਕਾਲ ਕਰਕੇ ਦੂਰ ਆਇਓ। ਇਹ ਨਾ ਸਮਝੋ ਵੀ ਰਾਠੀ ਕੋਲ 100 ਟਰੈਕਟਰ ਤਿਆਰ ਕੀਤਾ ਪਿਆ ਫੋੜ ਜਾਂ 50 ਟਰੈਕਟਰ ਤਿਆਰ ਕੀਤੇ ਹੋਣਗੇ, ਸਾਡੇ ਕੋਲ ਸਿਰਫ 2 ਜਾਂ 3 ਮਾਡਲ ਹੀ ਸੀਮਿਤ ਤਿਆਰ ਹੁੰਦੇ ਨੇ ਸਿਰਫ। ਉਹ ਤੁਸੀਂ ਆਪਦਾ ਫੋਨ ਕਰਕੇ ਆਇਓ, ਫਿਰ ਤੁਹਾਡਾ ਅਸੀਂ ਡਰੈਸ ਲਏਗਾ, ਉਹ ਟਰੈਕਟਰ ਦੇ ਉੱਤੇ ਤੁਹਾਡਾ ਗੋਤ ਲਿਖਿਆ ਜਾਊਗਾ, ਤੁਹਾਡੇ ਓਰਿਜਨਲ ਟਰੈਕਟਰ ਦਾ ਤੁਹਾਡਾ ਮਨਪਸੰਦ ਅਸੀਂ ਉੱਤੇ ਨੰਬਰ ਪਾ ਕੇ ਦੇਵਾਂਗੇ। ਜੇਕਰ ਇੱਥੇ ਵੀਰ ਨੇ ਰੱਖਣਾ ਪੰਜਾਬ ਦੇ ਵਿੱਚ, ਤਾਂ ਸ਼ੀਸ਼ੇ ਦੇ ਵਿੱਚ ਜੜ ਕੇ ਦੇਵਾਂਗੇ। ਜੇਕਰ ਕਿਸੇ NRI ਵੀਰ ਨੇ ਬਾਹਰ ਲੈ ਕੇ ਜਾਣਾ, ਤਾਂ ਉਹ ਸ਼ੀਸ਼ੇ ਜੜਿਆ ਲਿਜਾਣ ਵਾਸਤੇ ਦਿੱਕਤ ਆਉਂਦੀ, ਉਹ ਤੁਹਾਨੂੰ ਅਸੀਂ ਲੱਕੜ ਦੇ ਬਕਸੇ ਵਿੱਚ ਜੜ ਕੇ ਦੇਵਾਂਗੇ। ਤੁਹਾਡਾ ਆਪਣਾ ਰਾਠੀ ਵੀਰ ਇੱਕ ਵਾਰ ਜ਼ਰੂਰ ਤੁਹਾਡੇ ਵੀਰ ਦੀ ਸੱਚੀ ਕਲਾ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ। ਸਿੰਘ ਜੀ ਤੁੰਗਾਲੀ ਤੋਂ ਸਾਡੇ ਕੋਲ ਵੀਰ ਜੀ ਸਪੈਸ਼ਲ ਸਾਡੇ ਮਿਊਜ਼ੀਅਮ ਵਾਸਤੇ ਇਸ ਵੀਡੀਓ ਨੂੰ ਸਾਰੇ ਨੂੰ ਕਵਰ ਕਰਨ ਵਾਸਤੇ ਪਹੁੰਚੇ, ਮੈਂ ਸਾਡੇ ਰਮਨ ਵੀਰ ਜੀ ਦਾ ਤੁੰਗਾਲੀ ਵੀਰ ਤੁੰਗਾਲੀ ਤੋਂ ਆਏ ਇਹਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਕਿ ਸਾਡੀ ਕਲਾ ਨੂੰ ਤੁਹਾਡੇ ਤੱਕ ਪਹੁੰਚ ਦੀ ਕੀਤਾ। ਤੁਹਾਡਾ ਆਪਣਾ ਰਾਠੀ ਵੀਰ ਜੀ ਤੁਹਾਡੇ ਵੀਰ ਦੀ ਸੱਚੀ ਕਲਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇ ਤੁਸੀਂ ਵਖੰਡੀਆਂ ਦਾ ਸਾਥ ਦੇ ਸਕਦੇ ਹੋ, ਲੁੱਟਣ ਵਾਲਿਆਂ ਦਾ ਸਾਥ ਦੇ ਸਕਦੇ ਹੋ, ਤਾਂ ਇੱਕ ਸੱਚਾਈ ਦਾ ਸਾਥ ਵੀ ਜ਼ਰੂਰ ਦਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਵੇਖ ਕੇ ਤੇ ਕਮੈਂਟ ਕਰਿਓ। ਤੁਹਾਡਾ ਆਪਣਾ ਰਾਠੀ ਵੀਰ, ਤੁਹਾਡਾ ਆਪਣਾ ਰਾਠੀ ਵੀਰ। ਹਾਂਜੀ ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ ਅਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਰਾਠੀ ਵੀਰ ਦੀ ਕਲਾ ਨੂੰ ਸਾਰੀ ਦੁਨੀਆ ਦੇਖ ਸਕੇ। ਧੰਨਵਾਦ ਦੋਸਤੋ, ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ। ਜੇ ਤੁਸੀਂ ਰਾਠੀ ਕਲਾ ਕੇਂਦਰ ਦੇਖਣਾ ਚਾਹੁੰਦੇ ਹੋ ਤਾਂ ਵੀਰ